सरहंद तो खन्ना वाल जाने अगर तुम मंडी गोबिंदगढ़ में दाखिल होने जी डी रोड तो सरस लेन से उतरो तो कुछ अगे जाके यह एक स्टेजनुमा अणगौली जही इमारत दिखाई दिंदी है। यह इमारत एक वड्डा इतिहास लुकोई बैठी है। देश के जां पंजाब के लोगों को इस बारे की पता होना है। इस संबंधी तो इस शहर के लोगों को भी जानकारी नहीं होगी। पुरानी पीढ़ी के चेतियां में यह करीब अद्धी सदी पुरानी इमारत विसर गई होगी। आओ अज असी तुहानू इसकी कहानी तो जाणू करवाते हाँ। यह इमारत किसी समय किसानी गतिविधियों का केंद्र सी। इत्थे खेतीबाड़ी दे संद बनाउण वाला कारखाना अपरिफ्ट इंजीनियरिंग कंपनी सी अते यह पंजाब दे सब तो पहले किसानी नाल जुड़े निजी मासिक रसाले वाहीकर युग दा दफ्तर सी। किसानां नूं एक मंच ते इकट्ठे करन, उन्हां लई नवें खेतीबाड़ी दे संद बनाउण, उन्हां नूं जानकारी देण अते उन्हां दी आवाज़ नूं बुलंद करन वाले मासिक रसाले पिछे एक व्यक्ति सरदार हरमीत सिंह कंग दा दिमाग सी। सब तो पहला फैक्टरी अते अरसाले दे होंद विच आउण बारे उन्हां दे बेटे प्रितपाल सिंह कंग दसदे हन। ਫੈਕਟਰੀ ਕਰਕੇ ਉਹਦਾ ਸਮਾਨ ਬਣਦਾ ਸੀਗਾ, ਕਣ ਕੱਢਣ ਦੀਆਂ ਮਸ਼ੀਨਾਂ, ਡਰਾਮੇ, ਫਿਰ ਘੁੱਗੂ ਥਰੈਸ਼ਰ ਆ ਗਏ, ਫਿਰ ਭਾਰ ਵਾਲੀਆਂ ਆ ਗਈਆਂ, ਫਿਰ ਕਾਰਖਾਨਾ ਚੱਲਦਾ ਰਿਹਾ ਬਹੁਤ ਦੇਰ। ਆਹ ਪੰਜਾਬ ਦੇ ਸਾਰੇ ਜ਼ਿਮੀਦਾਰਾਂ ਨਾਲ ਜੁੜੇ ਹੋਏ ਤੇ ਅਸੀਂ ਇਸ ਕਰਕੇ ਕਾਰਖਾਨਾ ਲੱਗਣ ਕਰਕੇ ਹੈਗਾ, ਮਸ਼ੀਨਾਂ ਬਣਾਉਣ ਕਰਕੇ ਸਾਰਾ ਕੁਝ ਹੋ ਜਾਂਦਾ ਸੀ। ਉਸਦੇ ਕਰਕੇ ਪਹਿਲਾਂ ਪੰਜਾਬੀ ਮੈਗਜ਼ੀਨ ਲਿਜੀ ਵਾਹੀਕਰ ਯੁੱਗ 1970 ਦੇ ਵਿੱਚ ਮੰਡੀ ਗੋਬਿੰਦਗੜ੍ਹ ਤੋਂ ਕੱਢਿਆ ਸੀ। ਭੋਰੇ ਦਾ ਰੂਪ ਧਾਰ ਚੁੱਕੇ ਦਫ਼ਤਰ ਦੀ ਇਮਾਰਤ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿਤਪਾਲ ਸਿੰਘ ਕੰਗ ਦੱਸਦੇ ਹਨ। ਜਿਹੜਾ ਦਫ਼ਤਰ ਤੁਸੀਂ ਹੁਣ ਦੇਖਿਆ ਹੈ ਉਹ ਪਹਿਲਾਂ ਸੜਕ ਨਾਲੋਂ 6 ਫੁੱਟ ਉੱਚਾ ਸੀਗਾ ਅਤੇ 1 ਮੰਜ਼ਿਲ ਸੀਗੀ। ਹੁਣ ਜਿਹੜੀ ਕਿ ਸੜਕ ਦੇ ਬਰਾਬਰ ਆ ਕੇ 1 ਮੰਜ਼ਿਲ ਬਣੀ। ਜਿਹੜਾ ਜੰਗਲੇ ਵਾਲੀ ਛੱਤ ਹੈ ਉਹ ਸਟੇਜ ਹੁੰਦੀ ਸੀ ਪਹਿਲਾਂ। ਉਸ ਟਾਈਮ ਦੇ ਵਿੱਚ ਜਾਂ ਜ਼ਿਮੀਦਾਰਾਂ ਯੂਨੀਅਨ ਦੀਆਂ ਮੀਟਿੰਗਾਂ ਹੁੰਦੀਆਂ ਸੀਆਂ ਜਾਂ ਇੱਥੇ ਕਾਨਫਰੰਸ ਹੁੰਦੀ ਸੀ, ਗਾਉਣ ਵਾਲੇ ਲੱਗਦੇ ਅਤੇ ਸਾਰਾ ਕੁਝ ਹੁੰਦਾ ਸੀ, ਬਹੁਤ ਇਕੱਠ ਹੁੰਦਾ ਸੀ। ਹੁਣ ਤਾਂ ਬਹੁਤ ਯੂਨੀਅਨਾਂ ਬਣ ਗਈਆਂ ਅਤੇ ਉਸ ਟਾਈਮ ਸਭ ਤੋਂ ਪਹਿਲਾਂ ਸਾਡੇ ਫਾਦਰ ਸਾਹਿਬ ਨੇ, ਹਰਮੀਤ ਸਿੰਘ ਕੰਗ ਨੇ ਪੰਜਾਬ ਜ਼ਿਮੀਦਾਰਾਂ ਯੂਨੀਅਨ ਬਣਾਈ ਸੀ, ਜਿਸ ਦੇ ਵਿੱਚ ਬਹੁਤ ਬੜੇ ਬੜੇ ਲੀਡਰ ਆਉਂਦੇ ਸੀ, ਰਾਜਾ ਮਹਿੰਦਰ ਪ੍ਰਤਾਪ, ਬਲਵੀਰ ਸਿੰਘ ਤਲਾਣੀਆਂ ਵਾਲਾ ਅਤੇ ਆਹ ਮੈਂਬਰ ਸੀਗੇ, 90 ਦੇ ਬੰਦੇ ਕੁਝ ਮੈਂਬਰ ਸੀਗੇ ਵਿੱਚ। ਹੋਰ ਫਤਿਹਗੜ੍ਹ ਸਾਹਿਬ ਵੀ ਯੂਨੀਅਨ ਸੀਗੀ, ਜਦ ਲੱਗਦਾ ਤਾਂ ਮੇਲਾ ਲੱਗਦਾ ਸੀਗਾ ਉੱਥੇ ਵੀ ਕਾਨਫਰੰਸ ਹੁੰਦੀ ਸੀ ਜਿੱਥੇ ਲੱਖਾਂ ਬੰਦੇ ਇਕੱਠੇ ਹੁੰਦੇ ਸੀ।